ਇਸ ਵਕਤ ਅਸੀਂ ਸ਼੍ਰੀ ਦੇਵੀਤਲਾ ਮੰਦਿਰ ਵਿੱਚ ਮੌਜੂਦ ਹੈ, ਜਿੱਥੇ ਕਿ 22 ਤਰੀਕ ਨੂੰ ਜਿਹੜੇ ਕੀ ਹੈ 1.25 ਲੱਖ ਦੀਵੇ ਜਿਹੜੇ ਕਿ ਜਲਾ ਕੇ ਦੀਪਮਾਲਾ ਕੀਤੀ ਜਾਊਗੀ। ਸਾਡੇ ਨਾਲ ਮੰਦਿਰ ਦੇ ਕੈਸ਼ੀਅਰ ਵੀ ਮੌਜੂਦ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਨਿਊਜ਼ 18 ਤੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ। ਬਹੁਤ ਹੀ ਸੋਹਣਾ ਮੰਦਿਰ ਜਿਹੜਾ ਕਿ ਸਜਾਇਆ ਜਾ ਰਿਹਾ ਹੈ ਤੇ ਜਿਹੜੇ ਦੀਵੇ ਜਲਾਏ ਜਾਣੇ, ਇਹ ਕਿਸ ਤਰ੍ਹਾਂ ਪਹਿਲਾਂ ਤਾਂ ਦਿਲ ਚ ਆਏ ਕਿ ਅਸੀਂ ਇੰਨੇ ਸਾਰੇ ਦੀਵੇ ਜਲਾਈਏ ਤੇ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ? ਇਹ ਦੇਵਤਲਾ ਮੰਦਿਰ ਪ੍ਰਬੰਧਕ ਕਮੇਟੀ ਨੇ ਜਦੋਂ ਪ੍ਰਭੂ ਸ਼੍ਰੀ ਰਾਮ ਲੱਲਾ ਜੀ ਦੀ ਮੂਰਤੀ ਪ੍ਰਾਣ ਪ੍ਰਤਿਸ਼ਠਾ ਹੋਣੀ ਸੀ ਉਹਦੇ ਉਪਲਕਸ਼ ਦੇ ਵਿੱਚ ਡਿਸੀਜ਼ਨ ਲਿੱਤਾ ਗਿਆ ਕਿ ਦੇਵੀਤਲਾ ਮੰਦਿਰ ਦੇ ਵਿੱਚ ਵੀ 1,21,000 ਦੀਵੇ ਜਗਾਏ ਜਾਣ, ਜਿਹੜੇ ਕਿ ਸਾਡੇ ਪ੍ਰਧਾਨ ਜੀ ਸ਼੍ਰੀ ਤਲਵੇਦ ਜੀ ਨੇ ਕਮੇਟੀ ਨਾਲ ਸਾਰਾ ਮੈਨੇਜ ਕਰਕੇ ਅਤੇ ਡਿਊਟੀ ਲਗਾਈ ਗਈ, ਜਿਹੜੀ ਕਿ ਅਸੀਂ ਮੰਦਿਰ ਨੂੰ ਭਵਿਆ ਤਰੀਕੇ ਨਾਲ ਸਜਾਇਆ ਹੈ। ਜਿਹੜੀ ਕਿ ਇੱਥੇ ਮੰਦਿਰ ਦੇ ਵਿੱਚ ਹੀ ਦੀਪਕ ਔਰ ਬਾਤੀ ਔਰ ਤੇਲ ਸਾਰਾ ਮੰਦਿਰ ਕਮੇਟੀ ਹੀ ਪ੍ਰੋਵਾਈਡ ਕਰੇਗੀ ਔਰ ਇੱਥੇ ਸਾਰੇ ਦੀਵੇ, ਸਿਰਫ ਅਸੀਂ ਪਬਲਿਕ ਸਾਰੀ ਅੱਗੇ ਅਪੀਲ ਕਰਦੇ ਹਾਂ ਕਿ ਸਾਰੇ ਆ ਕੇ ਇੱਥੇ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਆਪ ਆ ਕੇ ਪਰਿਵਾਰ ਦੇ ਨਾਲ ਇੱਥੇ ਆ ਕੇ ਦੀਵੇ ਜਗਾਉਣ, ਜਿਹੜੇ ਕਿ ਸ਼ਾਮੀ ਅਸੀਂ 5 ਵਜੇ ਸਟਾਰਟ ਕਰ ਦੇਵਾਂਗੇ ਔਰ 4 ਵਜੇ ਤੋਂ ਇੱਥੇ ਆਤਿਸ਼ਬਾਜ਼ੀ ਦਾ ਵੀ ਬਟਾਲੇ ਤੋਂ ਆ ਰਹੇ ਨੇ, ਢੋਲ ਨਗਾੜੇ ਵੀ ਵੱਜਣਗੇ ਔਰ ਪਾਰਟੀਆਂ ਸ਼ਹਿਰ ਦੀਆਂ ਬੜੀਆਂ ਅੱਛੀਆਂ ਅੱਛੀਆਂ ਪਾਰਟੀਆਂ ਉਹ ਪ੍ਰਭੂ ਰਾਮ ਦਾ ਗੁਣਗਾਨ ਕਰਨਗੇ। ਕਹਿ ਸਕਦੇ ਕਿ ਜਿਹੜੇ ਬੰਦੇ ਇਸ ਵਕਤ ਅਯੋਧਿਆ ਨਹੀਂ ਜਾ ਸਕਦੇ ਕਿਉਂਕਿ ਬਹੁਤ ਜ਼ਿਆਦਾ ਇਸ ਵਕਤ ਉੱਥੇ ਪ੍ਰੋਟੋਕੋਲਸ ਹੈਗੇ, ਰਸ਼ ਹੋਗਾ, ਅਤੇ ਉਹ ਇੱਥੇ ਹੀ ਸ਼੍ਰੀ ਦੇਵਤਲਾ ਮੰਦਿਰ 'ਚ ਉਹ ਆਨੰਦ ਜਿਹੜਾ ਕੀ ਆ ਉਹ ਲੈ ਪਾਓਗੇ? ਜਿਹੜੇ ਸ਼੍ਰੀ ਦੇਵਤਲਾ ਮੰਦਿਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ, ਜਿਹੜੇ ਕਿ ਇਸ ਟਾਈਮ ਅਯੋਧਿਆ ਦੇ ਵਿੱਚ ਜਾਣਾ ਬਹੁਤ ਮੁਸ਼ਕਿਲ ਹੈ ਅਤੇ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਇਹ ਇੱਕ ਛੋਟੀ ਅਯੋਧਿਆ ਬਣਾਈ ਗਈ ਹੈ ਕਿ ਅਸੀਂ ਸਾਰੇ ਇੱਥੇ ਆ ਕੇ ਸ਼ਰਧਾਲੂ ਆਪਣੀ ਸ਼ਰਧਾ ਦੇ ਨਾਲ ਆ ਕੇ ਇੱਥੇ ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਔਰ ਤਰ੍ਹਾਂ ਤਰ੍ਹਾਂ ਦੇ ਲੰਗਰ ਭੋਗ ਭਗਵਾਨ ਜੀ ਨੂੰ ਲੱਗ ਕੇ ਉਸ ਤੋਂ ਬਾਅਦ ਵਿਤਰਨ ਕੀਤਾ ਜਾਏਗਾ, ਉਹ ਪ੍ਰਭੂ ਰਾਮ ਜੀ ਦਾ ਗੁਣਗਾਨ ਵੀ ਹੋਏਗਾ ਔਰ ਉਹਨਾਂ ਦੇ ਇੱਕ ਛੋਟੀ ਜਿਹੀ ਦੀਵਾਲੀ ਮਨਾਈ ਜਾ ਰਹੀ ਹੈ। ਇਹ ਹੁਣ ਹਰ ਸਾਲ 22 ਜਨਵਰੀ ਦੀਵਾਲੀ ਮਨਾਈ ਜਾਏਗੀ, ਜਿਹੜਾ ਕਿ ਸਾਡੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸ਼੍ਰੀ ਮੋਦੀ ਜੀ ਨੇ ਇਹ ਇੱਕ ਸਾਬਤ ਕਰ ਦਿੱਤਾ ਹੈ, ਘਰ ਘਰ ਦੇ ਵਿੱਚ ਜੋਤ ਜਗਾ ਦਿੱਤੀ ਹੈ ਪ੍ਰਭੂ ਰਾਮ ਜੀ ਦੀ ਔਰ ਇਹ ਸਾਰੇ ਇੱਕ ਹਿੰਦੁਸਤਾਨ ਰਾਮਮਿਆ ਹੋ ਗਿਆ। ਬਹੁਤ ਬਹੁਤ ਸ਼ੁਕਰੀਆ। ਅਤੇ ਇਹ ਮੰਦਿਰ ਦੇ ਪ੍ਰਬੰਧਕ ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਨੇ ਕਿਹਾ ਕਿ 22 ਤਰੀਕ ਹਿੰਦੂਆਂ ਵਾਸਤੇ ਇੱਕ ਦੀਵਾਲੀ ਦਾ ਤਿਉਹਾਰ ਹੀ ਬਣਾ ਦਿੱਤਾ ਅਤੇ ਹਰ ਸਾਲ ਅਸੀਂ ਜਿਹੜੇ ਕਿ ਦੀਪਕ ਜਲਾਇਆ ਕਰਾਂਗੇ। ਅਤੇ ਖਾਸ ਗੱਲ ਇਹ ਕਿ ਕਿਉਂਕਿ ਅਯੋਧਿਆ 'ਚ ਬਹੁਤ ਜ਼ਿਆਦਾ ਰਸ਼ ਹੋਣਾ ਅਤੇ ਹਰ ਕੋਈ ਉੱਥੇ ਨਹੀਂ ਪਹੁੰਚ ਸਕਦਾ, ਲੇਕਿਨ ਸ਼੍ਰੀ ਦੇਵਤਲਾ ਮੰਦਿਰ ਵਿੱਚ ਇੱਕ ਕਹਿ ਸਕਦੇ ਇੱਕ ਛੋਟੀ ਅਯੋਧਿਆ ਦੇਖਣ ਨੂੰ ਮਿਲੂਗੀ, ਰੌਣਕਾਂ ਜਿਹੜੀ ਕਿ ਵੇਖਣ ਨੂੰ ਮਿਲੂਗੀ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ। ਇਸ ਵਕਤ ਅਸੀਂ ਸ਼੍ਰੀ ਦੇਵੀਤਲਾ ਮੰਦਿਰ ਵਿੱਚ ਮੌਜੂਦ ਹੈ, ਜਿੱਥੇ ਕਿ 22 ਤਰੀਕ ਨੂੰ ਜਿਹੜੇ ਕੀ ਹੈ 1.25 ਲੱਖ ਦੀਵੇ ਜਿਹੜੇ ਕਿ ਜਲਾ ਕੇ ਦੀਪਮਾਲਾ ਕੀਤੀ ਜਾਊਗੀ। ਸਾਡੇ ਨਾਲ ਮੰਦਿਰ ਦੇ ਕੈਸ਼ੀਅਰ ਵੀ ਮੌਜੂਦ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਨਿਊਜ਼ 18 ਤੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ। ਬਹੁਤ ਹੀ ਸੋਹਣਾ ਮੰਦਿਰ ਜਿਹੜਾ ਕਿ ਸਜਾਇਆ ਜਾ ਰਿਹਾ ਹੈ ਤੇ ਜਿਹੜੇ ਦੀਵੇ ਜਲਾਏ ਜਾਣੇ, ਇਹ ਕਿਸ ਤਰ੍ਹਾਂ ਪਹਿਲਾਂ ਤਾਂ ਦਿਲ ਚ ਆਏ ਕਿ ਅਸੀਂ ਇੰਨੇ ਸਾਰੇ ਦੀਵੇ ਜਲਾਈਏ ਤੇ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ? ਇਹ ਦੇਵਤਲਾ ਮੰਦਿਰ ਪ੍ਰਬੰਧਕ ਕਮੇਟੀ ਨੇ ਜਦੋਂ ਪ੍ਰਭੂ ਸ਼੍ਰੀ ਰਾਮ ਲੱਲਾ ਜੀ ਦੀ ਮੂਰਤੀ ਪ੍ਰਾਣ ਪ੍ਰਤਿਸ਼ਠਾ ਹੋਣੀ ਸੀ ਉਹਦੇ ਉਪਲਕਸ਼ ਦੇ ਵਿੱਚ ਡਿਸੀਜ਼ਨ ਲਿੱਤਾ ਗਿਆ ਕਿ ਦੇਵੀਤਲਾ ਮੰਦਿਰ ਦੇ ਵਿੱਚ ਵੀ 1,21,000 ਦੀਵੇ ਜਗਾਏ ਜਾਣ, ਜਿਹੜੇ ਕਿ ਸਾਡੇ ਪ੍ਰਧਾਨ ਜੀ ਸ਼੍ਰੀ ਤਲਵੇਦ ਜੀ ਨੇ ਕਮੇਟੀ ਨਾਲ ਸਾਰਾ ਮੈਨੇਜ ਕਰਕੇ ਅਤੇ ਡਿਊਟੀ ਲਗਾਈ ਗਈ, ਜਿਹੜੀ ਕਿ ਅਸੀਂ ਮੰਦਿਰ ਨੂੰ ਭਵਿਆ ਤਰੀਕੇ ਨਾਲ ਸਜਾਇਆ ਹੈ। ਜਿਹੜੀ ਕਿ ਇੱਥੇ ਮੰਦਿਰ ਦੇ ਵਿੱਚ ਹੀ ਦੀਪਕ ਔਰ ਬਾਤੀ ਔਰ ਤੇਲ
ਸਾਰਾ ਮੰਦਰ ਕਮੇਟੀ ਹੀ ਪ੍ਰੋਵਾਈਡ ਕਰੇਗੀ ਔਰ ਇੱਥੇ ਸਾਰੇ ਦੀਵੇ ਸਿਰਫ ਅਸੀਂ ਪਬਲਿਕ ਸਾਰੀ ਅੱਗੇ ਅਪੀਲ ਕਰਦੇ ਹਾਂ ਕਿ ਸਾਰੇ ਆ ਕੇ ਇੱਥੇ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਆਪ ਆ ਕੇ ਪਰਿਵਾਰ ਦੇ ਨਾਲ ਇੱਥੇ ਆ ਕੇ ਦੀਵੇ ਜਗਾਉਣ, ਜਿਹੜੇ ਕਿ ਸ਼ਾਮੀ ਅਸੀਂ 5 ਵਜੇ ਸਟਾਰਟ ਕਰ ਦਿਆਂਗੇ ਔਰ 4 ਵਜੇ ਤੋਂ ਇੱਥੇ ਆਤਿਸ਼ਬਾਜ਼ੀ ਦਾ ਵੀ ਬਟਾਲੇ ਤੋਂ ਆ ਰਹੇ ਨੇ, ਢੋਲ ਨਗਾੜੇ ਵੀ ਵੱਜਣਗੇ ਔਰ ਪਾਰਟੀਆਂ ਸ਼ਹਿਰ ਦੀਆਂ ਬੜੀਆਂ ਅੱਛੀਆਂ ਅੱਛੀਆਂ ਪਾਰਟੀਆਂ ਉਹ ਪ੍ਰਭੂ ਰਾਮ ਦਾ ਗੁਣਗਾਨ ਕਰਨਗੇ। ਕਹਿ ਸਕਦੇ ਕਿ ਜਿਹੜੇ ਬੰਦੇ ਇਸ ਵਕਤ ਅਯੋਧਿਆ ਨਹੀਂ ਜਾ ਸਕਦੇ ਕਿਉਂਕਿ ਬਹੁਤ ਜ਼ਿਆਦਾ ਇਸ ਵਕਤ ਇੱਥੇ ਪ੍ਰੋਟੋਕੋਲਸ ਹੈਗੇ, ਰਸ਼ ਹੋਗਾ, ਅਤੇ ਉਹ ਇੱਥੇ ਹੀ ਸ਼੍ਰੀ ਦੇਵਤਲਾ ਮੰਦਰ 'ਚ ਉਹ ਆਨੰਦ ਜਿਹੜਾ ਕੀ ਆ ਉਹ ਲੈ ਪਾਓਗੇ? ਜਿਹੜੇ ਸ਼੍ਰੀ ਦੇਵਤਲਾ ਮੰਦਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ, ਜਿਹੜੇ ਕਿ ਇਸ ਟਾਈਮ ਅਯੋਧਿਆ ਦੇ ਵਿੱਚ ਜਾਣਾ ਬਹੁਤ ਮੁਸ਼ਕਿਲ ਹੈ, ਅਤੇ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਇਹ ਛੋਟੀ ਜਿਹੀ ਅਯੋਧਿਆ ਬਣਾਈ ਗਈ ਹੈ ਕਿ ਅਸੀਂ ਸਾਰੇ ਇੱਥੇ ਆ ਕੇ ਸ਼ਰਧਾਲੂ ਆਪਣੀ ਸ਼ਰਧਾ ਦੇ ਨਾਲ ਆ ਕੇ ਇੱਥੇ ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਔਰ ਤਰ੍ਹਾਂ ਤਰ੍ਹਾਂ ਦੇ ਲੰਗਰ ਭੋਗ ਭਗਵਾਨ ਜੀ ਨੂੰ ਲੱਗ ਕੇ ਉਸ ਤੋਂ ਬਾਅਦ ਵਿਤਰਨ ਕੀਤਾ ਜਾਏਗਾ, ਉਹ ਪ੍ਰਭੂ ਰਾਮ ਜੀ ਦਾ ਗੁਣਗਾਨ ਵੀ ਹੋਏਗਾ ਔਰ ਉਹਨਾਂ ਦੇ ਇੱਕ ਛੋਟੀ ਜਿਹੀ ਦੀਵਾਲੀ ਮਨਾਈ ਜਾ ਰਹੀ ਹੈ। ਇਹ ਹੁਣ ਹਰ ਸਾਲ 22 ਜਨਵਰੀ ਦੀਵਾਲੀ ਮਨਾਈ ਜਾਏਗੀ, ਜਿਹੜਾ ਕਿ ਸਾਡੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸ਼੍ਰੀ ਮੋਦੀ ਜੀ ਨੇ ਇਹ ਇੱਕ ਸਾਬਤ ਕਰ ਦਿੱਤਾ ਹੈ, ਘਰ ਘਰ ਦੇ ਵਿੱਚ ਜੋਤ ਜਗਾ ਦਿੱਤੀ ਹੈ ਪ੍ਰਭੂ ਰਾਮ ਜੀ ਦੀ ਔਰ ਇਹ ਸਾਰੇ ਇੱਕ ਹਿੰਦੁਸਤਾਨ ਰਾਮਮਿਆ ਹੋ ਗਿਆ। ਬਹੁਤ ਬਹੁਤ ਸ਼ੁਕਰੀਆ। ਅਤੇ ਇਹ ਮੰਦਿਰ ਦੇ ਪ੍ਰਬੰਧਕ ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਨੇ ਕਿਹਾ ਕਿ 22 ਤਰੀਕ ਹਿੰਦੂਆਂ ਵਾਸਤੇ ਇੱਕ ਦੀਵਾਲੀ ਦਾ ਤਿਉਹਾਰ ਹੀ ਬਣਾ ਦਿੱਤਾ ਅਤੇ ਹਰ ਸਾਲ ਅਸੀਂ ਜਿਹੜੇ ਕਿ ਦੀਪਕ ਜਲਾਇਆ ਕਰਾਂਗੇ। ਅਤੇ ਖਾਸ ਗੱਲ ਇਹ ਕਿ ਕਿਉਂਕਿ ਅਯੋਧਿਆ 'ਚ ਬਹੁਤ ਜ਼ਿਆਦਾ ਰਸ਼ ਹੋਣਾ ਅਤੇ ਹਰ ਕੋਈ ਉੱਥੇ ਨਹੀਂ ਪਹੁੰਚ ਸਕਦਾ, ਲੇਕਿਨ ਸ਼੍ਰੀ ਦੇਵਤਲਾ ਮੰਦਿਰ ਵਿੱਚ ਇੱਕ ਕਹਿ ਸਕਦੇ ਇੱਕ ਛੋਟੀ ਅਯੋਧਿਆ ਦੇਖਣ ਨੂੰ ਮਿਲੂਗੀ, ਰੌਣਕਾਂ ਜਿਹੜੀ ਕਿ ਵੇਖਣ ਨੂੰ ਮਿਲੂਗੀ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ।